ਜਿਹੜਾ ਸਾਡਾ ਲਿਖਣ ਦਾ ਤਰੀਕਾ ਉਹ ਸਾਡੀ ਸਮਝ ਦਾ ਦੱਸਦਾ ਹਿਸਾਬ ਕਿਤਾਬ। ਤੁਹਾਡੀ ਲਿਖਾਈ ਹੋਣੀ ਜਿਹੜੀ ਤੁਹਾਡੇ ਕਾਗਜ਼ਾਂ ਦੇ ਉੱਤੇ, ਜਿੱਦਾਂ ਪੁਰਾਣੇ ਵੇਲੇ 'ਚ ਲੋਕ ਹੱਥ ਵੇਖ ਕੇ ਕਿਸਮਤ ਦੱਸਦੇ ਹੁੰਦੇ ਸੀ, ਬੰਦੇ ਦੀ ਲਿਖਾਈ ਦੇਖ ਕੇ ਬੰਦੇ ਦਾ ਕਿਰਦਾਰ ਦੱਸਿਆ ਜਾ ਸਕਦਾ। ਕਾਹਦੇ ਕਰਕੇ ਕਿ ਅੱਖਰਾਂ ਦਾ ਤੁਹਾਡੀ ਸਮਝ ਨਾਲ, ਤੁਹਾਡੇ ਕਿਰਦਾਰ ਨਾਲ ਜਿਹੜਾ ਸੰਬੰਧ ਹੈ ਉਹ ਖਾਸਾ ਹੀ ਡੂੰਘਾ ਹੈ, ਇੰਨਾ ਕਿ ਜਿੰਨਾ ਤੁਹਾਨੂੰ ਪਤਾ ਨਹੀਂ ਹੁੰਦਾ। ਤਾਂ ਸਮਝਣ ਦੇ ਵਿੱਚ ਇੱਕ ਮਸਲਾ ਅੱਖਰਾਂ ਦਾ, ਦੂਜਾ ਉਹ ਹੈ ਬੋਲਾਂ ਦਾ, ਸ਼ਬਦਾਂ ਦਾ। ਇਹ ਕਿਉਂ? ਕਿਉਂਕਿ ਸਾਰੇ ਬੰਦੇ ਤਾਂ ਲਿਖਣ ਨਹੀਂ ਨਾ ਜਾਣਦੇ। ਇਹ ਤਾਂ ਹੁਣੀ ਸਿਆਪਾ ਸ਼ੁਰੂ ਹੋਇਆ ਕਿ ਸਾਰੇ ਪੜ੍ਹੋ। ਜਦੋਂ ਸਰਕਾਰ ਨੂੰ ਲੱਗਿਆ ਕਿ ਅਨਪੜ੍ਹ ਬੰਦਾ ਕਾਬੂ ਨਹੀਂ ਆਉਂਦਾ ਹੁੰਦਾ, ਸਰਕਾਰ ਨੇ ਪੜ੍ਹਾਉਣ ਲੱਗ ਗਈਆਂ ਲੋਕਾਂ ਨੂੰ। ਠੀਕ ਹੈ ਨਾ, ਜਿਹੜੇ ਅੱਖਰ ਨੇ ਤੁਹਾਡੇ ਦਿਮਾਗ 'ਚ ਵੜ ਕੇ ਤੁਹਾਡੇ ਨੱਕ 'ਚ ਨੱਥ ਪਾਉਣ ਦੀ ਖੇਡ ਨੇ, ਜਿੱਦਣ ਮਰਜ਼ੀ ਹੱਕ ਲਓ ਬੰਦੇ ਨੂੰ। ਜਦੋਂ ਟੁੱਕ ਜੇ ਨੇ ਜੇਬਾਂ 'ਚ ਤੁਹਾਡੀਆਂ 'ਚ ਮੋਬਾਈਲ ਫੋਨ, ਉਹ ਅਗਲੀ ਖੋਜ ਹੈ ਵੀ ਅੱਖਰਾਂ ਨੂੰ ਵੀ ਛੱਡੋ, ਰੰਗ। ਠੀਕ, ਉਹਦੀ ਗੱਲ ਬਾਅਦ 'ਚ ਕਰਾਂਗੇ ਆਪਾਂ। ਤਾਂ ਪਹਿਲਾਂ ਬੋਲਾਂ 'ਤੇ, ਜਿਹੜੀ ਮੇਰੀ ਆਵਾਜ਼ ਹੈ ਅਤੇ ਜਿਹੜਾ ਮੇਰਾ ਅੰਦਾਜ਼ ਹੈ, ਮੈਂ ਬਸ ਉਹੀ ਹਾਂ, ਦੁਗਾਹਾਂ ਪਛਾਹਾਂ ਕੁਛ ਨਹੀਂ। ਮੇਰੀ ਆਵਾਜ਼ ਪਤਲੀ ਹੈ ਕਿ ਭਾਰੀ ਹੈ, ਹੌਲੀ ਬੋਲਦਾ ਕਿ ਤੇਜ਼ ਬੋਲਦਾ, ਕਿਹੜੇ ਸ਼ਬਦ ਚੁਣਦਾ, ਸ਼ਬਦਾਂ ਦੀ ਕਿਹੜੀ ਤਰਤੀਬ ਚੁਣਦਾ। ਤੁਸੀਂ ਜਦੋਂ ਬੋਲਦੇ ਹੋ ਧਿਆਨ ਦੇ ਕੇ ਦੇਖਿਆ ਕਰੋ ਕਿ ਸਾਡੇ ਬੋਲਣ ਦੇ ਵਿੱਚ ਕੀ ਹਾਜ਼ਰ ਹੁੰਦਾ। ਜਦੋਂ ਕੋਈ ਬੂਹੇ ਵੜਦਾ ਇੱਥੇ, ਜਿਹੜਾ ਬੰਦਾ ਇੱਥੇ ਖੜ੍ਹਾ ਹੁੰਦਾ, ਆ ਜਾ, ਉਹਦੇ ਪੈਰਾਂ ਦੇ ਮੂਹਰੇ ਲੱਗਦਾ ਜਿਵੇਂ ਕੋਈ ਬਿਜਲੀ ਵਾਲੀ ਤਾਰ ਵਿਛੀ ਹੋਈ ਹੈ ਉੱਥੇ। ਇੱਦਾਂ ਹੁੰਦਾ ਨਾ, ਬੰਦਾ ਸਿਰ ਥੋੜ੍ਹਾ ਜਿਹਾ ਗਾਂਹ ਕੱਢਦਾ, ਆ ਜਾ ਜੀ। ਮੈਂ ਇੱਕ ਦਿਨ ਕਮਰੇ 'ਚ ਬੈਠਾ ਅਤੇ ਮੇਰਾ ਬੂਹਾ ਖੜਕਿਆ, ਜਦੋਂ ਮੈਂ ਯੂਨੀਵਰਸਿਟੀ ਪੜ੍ਹਦਾ ਸੀ। ਉਹ ਨੇਪਾਲੀ ਮੁੰਡਾ ਆਇਆ, ਮੈਨੂੰ ਕਹਿੰਦਾ ਟਾਈਮ ਪੁੱਛਣਾ ਥੀ, ਸਮਾਂ ਪੁੱਛਣਾ ਸੀ। ਚਲੋ ਚੱਲ ਗਿਆ, ਮੈਂ ਦੱਸਦਾ। ਮੈਂ ਸਾਡੇ ਜਿਹੜੇ ਮੈਨੂੰ ਪੜ੍ਹਾਉਂਦੇ ਸੀ ਉਸਤਾਦ ਮੇਰੇ, ਉਹਨਾਂ ਕੋਲ ਗਿਆ। ਮੈਂ ਉਹਨਾਂ ਨੂੰ ਕਿਹਾ, ਮੈਂ ਹਜੇ ਮੈਂ ਇੱਕ ਨਾ ਗੱਲ ਕਰਨੀ ਸੀ। ਕਹਿੰਦਾ ਤੂੰ ਹੁਣ ਵਿਆਕਰਨ ਦਾ ਬੰਦਾ ਹੈ, ਜੇ ਸੀ ਤਾਂ ਫਿਰ ਰਹਿਣ ਦੇ, ਹੁਣ ਜੇ ਹੈ ਤਾਂ ਦੱਸ। ਤੁਸੀਂ ਜਦੋਂ ਆਪਣੇ ਤੋਂ ਤਕੜੇ ਦੇ ਸਾਹਮਣੇ ਤੁਹਾਡੀ ਬੋਲੀ ਜਾਂਦੀ ਬਦਲ, ਤੁਹਾਡਾ ਵਰਤਮਾਨ ਵੀ ਭੂਤਕਾਲ ਹੋ ਜਾਂਦਾ। ਕੀ ਹੋ ਜਾਂਦਾ? ਹਾਂ, ਇੱਕ ਗੱਲ ਪੁੱਛਣੀ ਸੀ, ਪੁੱਛਣੀ ਹੈ ਨੇ ਤਾਕਤ ਤੁਹਾਡਿਆਂ ਬੋਲਾਂ 'ਚ ਇੱਦਾਂ ਵੱਸਦੀ। ਜਿਹੜਾ ਇੱਥੇ ਲਕੀਰ 'ਤੇ ਖੜ੍ਹਦਾ,
ਪੁੱਛ ਰਿਹਾ ਹੁੰਦਾ ਆ ਜਾ ਜੀ। ਠੀਕ, ਇੱਥੇ ਜਿਹੜਾ ਬੰਦਾ ਬੋਲ ਵੀ ਨਹੀਂ ਰਿਹਾ ਉਹਦੀ ਤਾਕਤ ਪਹਿਲਾਂ ਕਬੂਲੀ ਜਾ ਰਹੀ ਹੈ ਉਸ ਦਰਵਾਜ਼ੇ ਦੇ ਉੱਤੇ। ਤਾਕਤ ਕਿੱਥੇ ਹੈ? ਇੱਥੇ ਖੜ੍ਹਨ 'ਚ, ਇਹਦੇ ਉੱਤੇ। ਸਾਡੀ ਜਿਹੜੀ ਹਸਤੀ ਕਿਵੇਂ ਦੀ ਹੈ, ਖੜ੍ਹੇ ਹੋ ਬੈਠੇ ਹੋ, ਉਹਦੇ ਨਾਲ ਤੁਹਾਡੀ ਬੋਲੀ ਬਦਲਦੀ ਹੈ, ਉਹਦੇ ਨਾਲ ਤੁਹਾਡੀ ਬੋਲੀ ਬਦਲ। ਜਿਹੜਾ ਸ਼ਬਦ ਮੈਂ ਬੋਲ ਰਿਹਾ ਤੁਹਾਡੇ ਕੰਨ 'ਚ ਪੈ ਕੇ ਕਿੱਥੇ ਜਾ ਰਿਹਾ, ਇੱਥੇ ਕਿ ਇੱਥੇ ਕਿ ਇੱਧਰ ਜਾ ਰਿਹਾ, ਉਹਦੇ ਨਾਲ ਤੁਹਾਡੀ ਸ਼ਕਲ ਬਦਲ ਰਹੀ ਹੈ, ਮੈਂ ਦੇਖ ਰਿਹਾ। ਜਿਹੜੀ ਮੈਂ ਤੁਹਾਨੂੰ ਅੱਖਰਾਂ ਦੀ ਗੱਲ ਪਹਿਲਾਂ ਕਹੀ, ਤਾਂ ਬੰਦੇ ਦਾ ਚਿਹਰਾ ਵੀ ਇੱਕ ਅੱਖਰ ਹੈ। ਬੰਦਾ ਆਪਣੇ ਆਪ 'ਚ ਪੂਰਾ ਇੱਕ ਅੱਖਰ ਹੈ। ਜਿਹੜਾ ਪੜ੍ਹਨ ਜਾਣਦਾ ਉਹ ਸਮਝ ਜਾਏਗਾ ਕਿ ਤੁਸੀਂ ਊੜੇ ਹੋ ਕਿ ਆੜੇ ਹੋ। ਤੁਹਾਡੇ ਨੱਕ ਦਾ, ਤੁਹਾਡੀ ਅੱਖ ਦਾ, ਤੁਹਾਡੇ ਬਾਲਾਂ ਦਾ ਰੰਗ, ਮੋਟਾਈ, ਗਿਣਤੀ, ਤੁਹਾਡੇ ਦੰਦਾਂ ਦੀ, ਹਰ ਛੈ ਜੋ ਤੁਹਾਡੇ ਸਰੀਰ ਦਾ ਹਿੱਸਾ ਹੈ ਉਹ ਇੱਕ ਅੱਖਰ ਹੈ। ਤੁਹਾਡਾ ਜਿਹੜਾ ਅੰਦਾਜ਼ ਹੈ ਬੈਠਣ ਦਾ ਉਹ ਆਪਣੇ ਆਪ 'ਚ ਹੀ ਵਾਕ ਨੇ, ਜੋ ਤੁਸੀਂ ਬੋਲ ਰਹੇ ਹੋ ਬਿਨਾਂ ਬੋਲੇ ਤੋਂ ਤੁਸੀਂ ਉਹਨੂੰ ਪੜ੍ਹ ਸਕਦੇ ਹੋ। ਸਮਝਣ ਦਾ ਦੂਜਾ ਆਧਾਰ ਬੋਲ ਨੇ। ਤੀਜਾ ਜੋ ਦ੍ਰਿਸ਼ ਹੈ, ਜੋ ਬੰਦੇ ਦੀ ਦੇਹੀ ਨਾਲ ਸੰਬੰਧਿਤ ਹੈ ਉਹ ਹੈ। ਜਦੋਂ ਕਈ ਵੀ ਆਪਾਂ ਕਹਿੰਦੇ ਫਲਾਣੇ ਨੇ ਧੋਖਾ ਕਰਤਾ ਮੇਰੇ ਨਾਲ, ਧੋਖਾ ਨਹੀਂ ਕਰਤਾ, ਤੁਹਾਨੂੰ ਪੜ੍ਹਨਾ ਨਹੀਂ ਆਇਆ। ਕੋਈ ਧੋਖਾ ਨਹੀਂ ਕਰ ਸਕਦਾ। ਚੱਕਰ ਇਹ ਹੈ ਕਿ ਅਸੀਂ ਅਨਪੜ੍ਹ ਹੁੰਦੇ ਹਾਂ। ਆ ਜਿੰਨੇ ਗਾਣੇ ਵੱਜਦੇ ਆ ਉਹ ਤੂੰ ਛੱਡ ਗਈ ਨਹੀਂ, ਫਲਾਣ ਹੋ ਗਿਆ, ਢੀਕ ਹੋ ਗਿਆ, ਸਿੱਧਾ ਕੋ ਭਰਾਵੋ ਕੁਛ ਨਹੀਂ ਆਉਂਦਾ ਤੁਹਾਨੂੰ। ਬਸ ਗੱਲ ਤਾਂ ਇੰਨੀ ਹੈ ਨਾ ਭਾਉ, ਕਿਸੇ 'ਤੇ ਭਰੋਸਾ ਕਰਿਆ ਜਾਂ ਕਿਸੇ ਤੋਂ ਕੁਛ ਚਾਹਿਆ, ਕਿਉਂ ਚਾਹਿਆ ਜੀ? ਕਿਉਂਕਿ ਤੁਹਾਨੂੰ ਜ਼ਿੰਦਗੀ ਸਮਝ ਨਹੀਂ ਸੀ ਆ ਰਹੀ, ਕਿਸੇ ਹੋਰ ਤੋਂ ਚਾਹਿਆ ਕਿ ਹਮ ਦਿਲ ਦੇ ਚੁੱਕੇ ਕਦੋਂ ਵੇਖਣ ਸਾਰ। ਅਤੇ ਬੰਦੇ ਦੇ ਪੱਲੇ 'ਚ ਕੀ ਹੈ? ਕੱਖ ਵੀ ਨਹੀਂ। ਠੀਕ ਹੈ ਨਾ, ਜੇ ਜਿੰਨੇ ਗਾਣੇ ਗੁਣੇ ਜੇ ਚੱਲਦੇ ਤੁਹਾਡੀ ਉਮਰ ਹੈ ਨਾ ਸਾਰੀ ਇਹ ਗਾਣਿਆਂ ਵਾਲੀ, ਅਤੇ ਤੁਸੀਂ ਯਾਦ ਰੱਖਿਓ ਕਿ ਇਹਦਾ ਅਸਲ ਮਤਲਬ ਵੀ ਇੰਨਾ ਹੀ ਹੈ ਕਿ ਤੁਹਾਡੇ ਪੱਲੇ 'ਚ ਕੱਖ ਨਹੀਂ ਹੈਗਾ, ਤੁਹਾਨੂੰ ਪਤਾ ਹੀ ਨਹੀਂ ਹੈ ਕਿ ਤੁਸੀਂ ਕੌਣ ਹੋ, ਨਾ ਅਗਲੇ ਬਾਰੇ ਪਤਾ ਕੌਣ ਹੈ। ਠੀਕ ਹੈ ਨਾ, ਵੀ ਜ਼ਿੰਦਗੀ ਅੱਖਰ ਹੈ, ਜ਼ਿੰਦਗੀ ਬੋਲ ਹੈ, ਨਾ ਪੜ੍ਹਨ ਜਾਣਦੇ ਹੋ, ਨਾ ਸੁਣਨ ਜਾਣਦੇ ਹੋ, ਨਾ ਲਿਖਣ ਜਾਣਦੇ ਹੋ, ਫਿਰ ਕੀ ਜਾਣਦੇ ਹੋ ਜੀ? ਵੀ ਮੈਨੂੰ ਪਤਾ ਹੀ ਹੈ, ਇਹ ਵਹਿਮ ਕਹਿੰਦੇ ਬੰਦੇ ਦੇ ਕੰਨ 'ਚ ਰੱਬ ਪਾ ਕੇ ਤੋਰਦਾ ਤਾਂ ਕਿ ਉਹਨੂੰ ਕੁਛ ਵੀ ਪਤਾ ਨਾ ਲੱਗੇ। ਜਦੋਂ ਅਸੀਂ ਯੂਨੀਵਰਸਿਟੀ ਪੜ੍ਹਨ ਗਏ ਤਾਂ ਸਾਡੇ ਜਿਹੜੇ ਪਹਿਲੀ ਜਮਾਤ ਸਾਨੂੰ ਪੜ੍ਹਾਉਣ ਆਇਆ ਡਾਕਟਰ ਕੁਲਦੀਪ ਸਿੰਘ ਧੀਰ ਸੀ ਉਹਦਾ ਨਾਂ, ਉਹ ਵਿਗਿਆਨ ਦੇ ਬਹੁਤ ਲੇਖ ਲਿਖਦਾ ਹੁੰਦਾ ਸੀ। ਸਾਨੂੰ ਪਹਿਲੇ ਦਿਨ ਆ ਕੇ ਕਹਿੰਦਾ, ਪਹਿਲੀ ਗੱਲ ਉਹਨੇ ਕਹੀ ਕਿ ਮੈਨੂੰ ਹੋ ਗਏ 37 ਸਾਲ ਪੜ੍ਹਦੇ ਨੂੰ, ਪੜ੍ਹਾਉਂਦੇ ਨੂੰ, ਅਤੇ ਇੱਕ ਗੱਲ ਮੈਂ ਜਾਣਦਾ ਕਿ ਮੈਨੂੰ ਕੁਛ ਨਹੀਂ ਆਉਂਦਾ। ਅਤੇ ਜਿੱਦੇ ਕਹਿੰਦਾ ਤੁਸੀਂ ਸਿੱਖ ਗਏ, ਤੁਹਾਡੀ ਵੀ ਪੜ੍ਹਾਈ ਸ਼ੁਰੂ। ਅੱਖਰਾਂ ਨੂੰ, ਬੋਲਾਂ ਨੂੰ, ਬੰਦਿਆਂ ਦੀਆਂ ਸ਼ਕਲਾਂ ਨੂੰ, ਕੁਦਰਤ ਦੇ ਵਰਤਾਰੇ ਨੂੰ
ਕਿੰਨਾ ਜਾਣ ਸਕਦੇ ਹੋ ਇਹਦਾ ਅੰਦਾਜ਼ਾ ਇਸ ਗੱਲ ਤੋਂ ਲੱਗੂ ਕਿ ਤੁਹਾਡਾ ਸਹਿਜ ਕਿੰਨਾ ਟਿਕਿਆ ਰਹਿੰਦਾ। ਜਿਹੜੀ ਇਹ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਾਡੇ ਵਰਗੇ ਗਾਉਂਦੇ ਆ ਨਾ, ਉਹ ਹੰਝੂ ਕਢਾਏ ਸੰਗਤ ਦੇ, ਚਾਰ ਪੀਏ ਲਏ ਅਤੇ ਉਹ ਗਏ ਉਹ ਗਏ। ਇਤਿਹਾਸ ਨੂੰ ਕੀ ਜਾਣਿਆ, ਮਸਲਾ ਦੁੱਖ ਝੱਲ ਲੈਣ ਦਾ ਨਹੀਂ ਹੈ ਇਕੱਲਾ। ਦੁੱਖ ਤਾਂ ਜਦੋਂ ਕੋਈ ਬੰਦਾ ਚੋਰੀ ਕਰਦਾ ਪੁਲਿਸ ਬਹੁਤ ਕੁੱਟਦੀ ਹੈ, ਉਹ ਕੁੱਟ ਝੱਲਦਾ, ਉਹ ਨਹੀਂ ਦਿੰਦਾ ਸਮਾਨ, ਦੁੱਖ ਤਾਂ ਉਹ ਵੀ ਝੱਲਦਾ ਨਾ। ਆ ਪਿੰਡਾਂ ਵਾਲੇ ਲੋਕ ਨੇ ਕਦਰ ਕਰਦੇ ਨੇ, ਹਥਿਆਰ ਲੁਕਾ ਦਿੰਦੇ ਆ, ਪੁਲਿਸ ਘੁੱਟਦੀ ਆ ਉਹਨਾਂ ਨੂੰ, ਹਥਿਆਰ ਨਹੀਂ ਦਿੰਦੇ ਉਹ, ਪਤਾ ਹੁੰਦਾ ਵੀ ਦਿੱਤਾ ਤਾਂ ਮੁਕੱਦਮਾ ਪਊ, ਸਜ਼ਾ ਹੋਊਗੀ, ਫਸਾਂਗੇ। ਦੁੱਖ ਝੱਲਣ ਦਾ ਮਸਲਾ ਵੱਡਾ ਤਾਂ ਹੈ, ਛੋਟਾ ਨਹੀਂ ਉਹ, ਪਰ ਉਦੋਂ ਗਾਂਹ ਵੀ ਕੁਛ ਹੈ। ਅਤੇ ਸਾਡੇ ਸਮਝਣ ਦਾ ਮਸਲਾ ਉਹੀ ਹੈ ਅਸਲ 'ਚ, ਕਿ ਜਿਹੜੀ ਸਮਝ ਦਾ ਪੱਧਰ ਹੈ ਉਹ ਅਸੀਂ ਕਿੱਥੇ ਲਿਜਾ ਸਕਦੇ ਹਾਂ, ਪਹਿਲਾਂ ਇਹ ਕਿ ਉਹ ਹੈ ਕਿਵੇਂ ਦਾ। ਜਿਹੜੀ ਮੈਂ ਤੁਹਾਡੇ ਨਾਲ ਗੱਲ ਕੀਤੀ ਅੱਖਰਾਂ ਅਤੇ ਬੋਲਾਂ ਦੀ, ਮੈਂ ਤਾਂ ਕੀਤੀ ਕਿ ਤੁਹਾਡਾ ਸੰਬੰਧ ਹੈ ਪੜ੍ਹਾਈ ਨਾਲ। ਤੁਸੀਂ ਆਪਣੀ ਜ਼ਿੰਦਗੀ, ਪੰਥ ਦੀ ਜ਼ਿੰਦਗੀ, ਸਾਰੀ ਮਨੁੱਖਤਾ ਅਤੇ ਸਾਰੀ ਕਾਇਨਾਤ, ਚਾਰਾਂ ਪੱਧਰਾਂ 'ਤੇ ਤੁਸੀਂ ਹਰ ਪਲ ਜੀ ਰਹੇ ਹੋ, ਚਾਹੇ ਤੁਹਾਡੀ ਮਰਜ਼ੀ ਹੈ ਚਾਹੇ ਨਹੀਂ ਹੈ, ਚਾਹੇ ਤੁਹਾਨੂੰ ਪਤਾ ਹੈ ਚਾਹੇ ਨਹੀਂ ਹੈ। ਜਿਵੇਂ ਆਪਾਂ ਪਾਣੀ ਦੇ ਵਿੱਚ ਡੁੱਬੇ ਹੁੰਦੇ ਹਾਂ ਤਾਂ ਚਾਰ ਛਪੇਰੇ ਪਾਣੀ ਹੁੰਦਾ, ਤਾਂ ਹੁਣ ਆਪਾਂ ਹਵਾ 'ਚ ਡੁੱਬੇ ਹੋਏ ਹਾਂ, ਚਾਰ ਛਪੇਰੇ ਹਵਾ ਹੈ। ਇਵੇਂ ਬੰਦਾ ਜ਼ਿੰਦਗੀ ਦੇ ਵਿੱਚ ਹੈ, ਇਹ ਸਾਰਾ ਜਿਹੜਾ ਬ੍ਰਹਿਮੰਡ ਹੈ ਉਹ ਸਾਰਾ ਜਿਉਂਦਾ ਹੈ, ਕੋਈ ਇੱਕ ਕਿਣਕਾ ਵੀ ਨਿਰਜੀਵ ਨਹੀਂ ਹੈ, ਇਹ ਵੀ ਨਹੀਂ, ਇੱਥੇ ਵੀ ਜ਼ਿੰਦਗੀ ਹੈ। ਕਿਹੜੇ ਪੱਧਰ 'ਤੇ ਹੈ ਇਹਦਾ ਫਰਕ ਹੈ, ਕਿ ਤੁਹਾਨੂੰ ਜਾਂ ਸਾਨੂੰ ਕਿਹੜੇ ਪੱਧਰ ਤੋਂ ਸਮਝ ਆ ਰਹੀ ਹੈ ਇਹਦਾ ਮਸਲਾ ਹੈ। ਅਤੇ ਜਦੋਂ ਇਸ ਵਹਿਮ 'ਚ ਹੋਣਾ ਕਿ ਮੈਨੂੰ ਪਤਾ ਹੈ, ਇਹਦਾ ਬਹੁਤ ਵਾਰੀ ਪਤਾ ਹੋਣਾ ਚਾਹੀਦਾ ਕਿ ਮੈਨੂੰ ਕਿਹੜੇ ਪੱਧਰ ਦਾ ਪਤਾ ਹੈ, ਕਿਉਂਕਿ ਜਿੰਨਾ ਚਿਰ ਬੰਦੇ ਨੂੰ ਐਂ ਲੱਗਦਾ ਰਹਿੰਦਾ ਮੈਨੂੰ ਪਤਾ ਹੀ ਆ। ਜਦੋਂ ਅਸੀਂ ਬੀ ਏ ਕਰਨ ਗਿਆ ਮੈਨੂੰ ਲੱਗਦਾ ਸੀ ਮੈਨੂੰ ਸਾਰੀ ਪੰਜਾਬੀ ਆਉਂਦੀ, ਗੱਲ ਹੀ ਕੋਈ ਨਹੀਂ। ਜਦੋਂ ਐੱਮ ਏ ਹੋ ਗਈ ਲੱਗਿਆ ਵੀ ਯਾਰ ਨਹੀਂ ਆਉਂਦੀ, ਉਦੋਂ ਬਾਅਦ ਮੈਂ ਪੀ ਐੱਚ ਡੀ ਕਰ ਲਈ, ਹੁਣ ਮੈਨੂੰ ਪੂਰਾ ਪਤਾ ਕਿ ਨਹੀਂ ਆਉਂਦੀ। ਹਾਂ, ਜਦੋਂ ਮੇਰੇ ਸਾਹਮਣੇ ਕੋਈ ਕਹਿੰਦਾ ਮੈਨੂੰ ਆਉਂਦੀ ਹੈ, ਮੈਨੂੰ ਪਤਾ ਜ਼ਰੂਰ ਲੱਗ ਜਾਂਦਾ ਕਿ ਨਹੀਂ ਆਉਂਦੀ। ਅਤੇ ਸਿੱਖਣ ਦਾ ਪਹਿਲਾ ਪੜਾਅ, ਪਹਿਲਾ ਤਰੀਕਾ ਇਹ ਕਿ ਇਸ ਗੱਲ ਦਾ, ਇਸ ਅਵਸਥਾ ਦਾ ਪਤਾ ਜਾਏ ਲੱਗ ਕਿ ਸਾਨੂੰ ਨਹੀਂ ਪਤਾ ਹੈ। ਠੀਕ, ਜਦੋਂ ਇਹ ਪਤਾ ਲੱਗਦਾ ਬੰਦੇ ਨੂੰ ਕਿ ਮੈਨੂੰ ਨਹੀਂ ਪਤਾ ਹੈ, ਤਾਂ ਥੋੜ੍ਹੀ ਜਿਹੀ ਸ਼ਾਂਤੀ ਉੱਤਰ ਆਉਂਦੀ ਹੈ। ਹੰਕਾਰ ਹੋਰ ਕੁਛ ਨਹੀਂ ਹੁੰਦਾ, ਹੰਕਾਰ ਅਗਿਆਨਤਾ ਹੀ ਹੁੰਦੀ ਹੈ। ਜਿਹੜਾ ਆਪਾਂ ਕਈ ਵਾਰੀ ਕਹਿੰਦੇ ਫਲਾਣਾ ਬਹੁਤ ਚਲਾਕ ਹੈ, ਚਲਾਕੀ ਵੀ ਕੁਝ ਨਹੀਂ ਹੁੰਦੀ, ਮੂਰਖਤਾ ਹੀ ਹੁੰਦੀ ਹੈ। ਬੰਦੇ ਨੂੰ ਵਹਿਮ ਜਿਹਾ ਹੋਇਆ ਹੁੰਦਾ ਕਿ ਮੈਂ ਦੂਜਿਆਂ ਨੂੰ ਠੱਗੀ ਲਾ ਦੂੰਗਾ, ਠੱਗੀ ਲਾ ਕੇ ਕਿੱਥੇ ਵਗ ਜਾਊਗਾ, ਤੁਸੀਂ ਉੱਥੇ ਕੀ ਹੋ ਜਾਊਗਾ ਉਹਦੇ 'ਚ, ਤੁਸੀਂ ਦਿਨ ਰਾਤ ਨੂੰ ਛੋਟਾ ਵੱਡਾ ਨਹੀਂ ਕਰ ਸਕਦੇ। ਠੀਕ ਹੈ ਨਾ, ਜੋ ਜ਼ਿੰਦਗੀ ਦਾ ਬੁਨਿਆਦੀ ਖੇਡਾ ਚੱਲ ਰਿਹਾ ਤੁਸੀਂ ਉਹਦੇ 'ਚ ਇੱਕ ਕਿਣਕੇ ਦਾ ਫਰਕ ਨਹੀਂ ਪਾ ਸਕਦੇ, ਤਾਂ ਫਿਰ ਬੰਦੇ ਦੀ ਪਾਇਆ ਕੀ ਹੋਈ, ਕੁਛ ਵੀ ਨਹੀਂ ਹੋਈ। ਮਸਲਾ ਤਾਂ ਜਾਣਨ ਦਾ ਹੀ ਹੈ ਨਾ। ਇਹ ਜਿਹੜੀ ਮੈਂ ਤੁਹਾਨੂੰ ਬੇਨਤੀ ਕਰੀ ਹੈ, ਹੁਣ ਅਗਲਾ ਅਧਿਆਇ ਜੋ ਦੂਜੀ ਤੁਹਾਡੇ ਨਾਲ, ਇੱਕ ਸਾਡਾ ਸੁਭਾਅ ਹੁੰਦਾ, ਤੁਹਾਨੂੰ ਜਿਹੜੇ ਧਰਮ ਪੜ੍ਹਾਉਂਦੇ ਹੋਣਗੇ ਉਹ ਦੱਸਦੇ ਹੋਣਗੇ, ਬੋਧੀਆਂ ਦੀ ਗੱਲ, ਬੱਥੋ
ਸੁਹਾਵੋ ਤੰਮੋ। ਹਜ਼ਾਰਾਂ ਸਾਲ ਪਹਿਲਾਂ ਬੋਧੀਆਂ ਨੇ ਗੱਲ ਦੀ ਖੋਜ ਕੀਤੀ ਕਿ ਵਸਤੂ ਦਾ ਸੁਭਾਅ ਹੀ ਉਹਦਾ ਧਰਮ ਹੈ, ਵਸਤੂ ਦਾ ਸੁਭਾਅ ਹੀ ਉਹਦਾ ਧਰਮ ਹੈ। ਤੁਹਾਡੇ 'ਚੋਂ ਜੋ ਤੁਹਾਡੇ 'ਚੋਂ ਨਾ ਕਮਾ ਮੈਂ, ਮੰਨ ਲਓ ਜਿਹੜਾ ਕੋਈ ਵੀ ਬੰਦਾ ਤੁਹਾਡੇ ਸਾਹਮਣੇ ਮਸ਼ਹੂਰ ਹੈ, ਜਿਹੜੀ ਉਹਦੀ ਪਛਾਣ ਉਹਨੂੰ ਉਹ 'ਚੋਂ ਕੱਢ ਕੇ ਕਿਸੇ ਹੋਰ 'ਚ ਪਾ ਕੇ ਦੇਖੋ, ਉਹ ਇਹੋ ਜਿਹੀ ਰਹੂਗਾ। ਜਿਹੜਾ ਪ੍ਰਧਾਨ ਮੰਤਰੀ ਹੈ ਜਾਂ ਤੁਹਾਡੇ ਕਾਲਜ ਦਾ ਪ੍ਰਿੰਸੀਪਲ ਲੱਗ ਜਾਵੇ, ਹਰਕਤਾਂ ਉਹਦੀਆਂ ਉਹੀ ਰਹਿਣਗੀਆਂ। ਕੋਈ ਤੁਹਾਡੇ 'ਚੋਂ ਪ੍ਰਧਾਨ ਮੰਤਰੀ ਬਣ ਜਾਵੇ, ਹਰਕਤਾਂ ਉਹੀ ਰਹਿਣਗੀ। ਜਿਹੜਾ ਸੁਭਾਅ ਹੈ ਬੰਦੇ ਦਾ, ਇਹ ਨਹੀਂ ਬਦਲਦਾ। ਜੋ ਕੁਛ ਪਾਇਆ ਇੱਕ ਵਾਰ ਇਹੀ ਪਾਇਆ ਕਿ ਧਰਮ ਪਾਇਆ, ਉਹ ਜਿਹੜਾ ਕਹਿੰਦੇ ਨੇ ਅੰਮ੍ਰਿਤ ਲੈ ਲੇ ਨੀਮ ਸਿੰਚਾਈ, ਕਹਿਤ ਕਬੀਰ ਉਹ ਆਕਾ ਸਹਿਜ ਨਾ ਜਾਈ। ਸਹਿਜ ਬਣੇ ਸੁਭਾਅ ਉਹਦਾ, ਉਹਦਾ ਧਰਮ। ਤਾਂ ਪਹਿਲਾਂ ਇਹ ਜਾਣਨਾ ਜੋ ਤੁਹਾਡਾ ਸੁਭਾਅ ਹੈ ਉਹ ਕਿਵੇਂ ਦਾ ਹੈ। ਜਿਹੜਾ ਤੁਹਾਡਾ ਸੁਭਾਅ ਹੈ ਆਪਣੇ ਆਪ ਦਾ ਕਿਵੇਂ ਦਾ, ਕਿਉਂਕਿ ਦੁਨੀਆ ਸਭ ਤੋਂ ਵੱਡਾ ਮਸਲਾ ਕੀ ਹੈ, ਆਪਣੇ ਆਪ ਨੂੰ ਜਾਣਨ ਦਾ। ਜਿੰਨੀ ਆਤਮ ਚੀਨੀਆ ਪਰਮਾਤਮ ਸੋਈ, ਸਵੈ ਨੂੰ ਜਾਣਨਾ ਹੀ ਰੱਬ ਕੋਲ ਜਾਣ ਦਾ ਰਾਹ ਹੈ। ਸਦੀਆਂ ਤੋਂ ਸਾਰੇ ਥਾਵਾਂ ਤੋਂ ਇਹੀ ਹੈ ਕਿ ਅੰਦਰ, ਅੰਦਰ ਕਿੱਥੇ, ਐਂ ਪਾੜ ਕੇ ਨਹੀਂ, ਜੋ ਚੇਤਨਤਾ ਮੈਂ ਲਈ ਫਿਰਦਾ ਉਹਦੇ ਅੰਦਰ। ਤਾਂ ਪਹਿਲਾ ਕੰਮ ਸੁਭਾਅ ਵਾਲਾ, ਕਿਹੜਾ ਸੁਭਾਅ ਹੈ ਉਹ ਜਾਣਨਾ। ਆਮ ਤੌਰ 'ਤੇ ਜਿਹੜੇ ਆਯੁਰਵੈਦ ਵਾਲੇ ਨੇ ਉਹ ਤੁਹਾਨੂੰ ਸਮਝਾਉਂਦੇ ਹੁੰਦੇ ਆ ਕਿ ਬੰਦਾ ਬਣਿਆ ਪੰਜ ਤੱਤਾਂ ਤੋਂ, ਅੱਗ, ਹਵਾ, ਪਾਣੀ, ਮਿੱਟੀ, ਆਕਾਸ਼। ਤੁਹਾਡੀ ਦੇਹੀ ਦੇ ਅੰਦਰ ਕੋਈ ਇੱਕ ਤੱਤ ਆ ਜਿਹੜਾ ਉਹ ਭਾਰੂ ਹੁੰਦਾ। ਕਈ ਬੰਦਿਆਂ ਨੂੰ ਤੁਸੀਂ ਦੇਖਿਆ ਹੋਣਾ, ਉਹ ਸੌਂਦੇ ਹੀ ਬਹੁਤ ਜ਼ਿਆਦਾ ਹੁੰਦੇ ਨੇ, ਸੁਸਤੀ ਪੈਂਦੀ ਉਹਨਾਂ ਨੂੰ, ਉਹ ਮੰਨਿਆ ਜਾਂਦਾ ਵੀ ਉਹਨਾਂ 'ਤੇ ਮਿੱਟੀ ਦਾ ਅਸਰ ਹੈ। ਕਈਆਂ ਨੂੰ ਬਹੁਤ ਹੀ ਗੁੱਸਾ ਆਉਂਦਾ ਹੁੰਦਾ, ਇੱਥੇ ਹੀ ਰਹਿੰਦਾ ਨੱਕ 'ਤੇ, ਮੰਨਿਆ ਜਾਂਦਾ ਵੀ ਅੱਗ ਦਾ ਅਸਰ ਹੈ। ਠੀਕ, ਆਪਣਾ ਜਦੋਂ ਕੋਈ ਬੰਦਾ ਸਾਡੇ ਸਾਹਮਣੇ ਫੁਕਰੀਆਂ ਮਾਰਦਾ ਕੀ ਕਹਿੰਦੇ ਆ, ਬਹੁਤ ਹਵਾ ਕਰਦਾ, ਉਹ ਸੱਚੀ ਮੱਚੀ ਬੰਦੇ ਦੇ ਅੰਦਰ ਹਵਾ ਦਾ ਤੱਤ ਭਾਰੂ ਹੁੰਦਾ ਜੋ ਵੱਧ ਗੱਲਾਂ ਕਰਦਾ। ਤਾਂ ਸਰੀਰ ਦੇ ਪੱਧਰ 'ਤੇ ਸੁਭਾਅ, ਜਿਹੜੇ ਬੰਦੇ ਦੇ ਗੁਣ ਨੇ ਮਨੁੱਖੀ ਉਸ ਪੱਧਰ 'ਤੇ, ਜਿਹੜਾ ਅਸੀਂ ਇਤਿਹਾਸ ਪੜ੍ਹਦੇ ਹਾਂ ਉਹ ਉਹਨਾਂ ਬੰਦਿਆਂ ਦਾ ਹੈ ਜਿਨ੍ਹਾਂ ਨੇ ਮਨੁੱਖੀ ਗੁਣਾਂ ਦੇ ਹਿਸਾਬ ਨਾਲ ਗੱਲ ਸਿਰੇ ਲਾਈ, ਪੜ੍ਹਾਈ ਦੇ ਹਿਸਾਬ ਨਾਲ ਨਹੀਂ, ਮਸ਼ਹੂਰੀ ਦੇ ਹਿਸਾਬ ਨਾਲ ਵੀ ਨਹੀਂ, ਵੀ ਜਦੋਂ ਵਕਤ ਪਿਆ ਉਹ ਖੜ੍ਹੇ, ਉਹ ਅੜੇ ਲੜੇ, ਆਪਾਂ ਭਾਰਿਆ ਉਹਨਾਂ ਨੇ, ਵਾਰਿਆ ਕਾਹਦੇ ਕਰਕੇ, ਜੋ ਅੰਦਰ ਗੁਣ ਵਸੇ ਸੀ। ਤਾਂ ਦੁਨੀਆ ਸਾਰੀ 'ਚ ਪਹਿਲਾ ਗੁਣ ਬੰਦੇ ਦਾ ਕੀ ਮੰਨਿਆ ਜਾਂਦਾ, ਜਿਹੜਾ ਸਭ ਥਾਂ ਮੰਨਿਆ ਜਾਂਦਾ ਬੰਦੇ ਦਾ ਗੁਣ, ਉਹ ਇੱਕ ਜਿਹੜੀ ਮੂੰਹੋਂ ਗੱਲ ਕੱਢ ਰਿਹਾ ਮੈਂ ਉਹਦੀ ਕਿੰਨੀ ਇੱਜ਼ਤ ਕਰਦਾ, ਆਪਣੇ ਵਚਨ ਦੀ
ਆਪਣੇ ਸ਼ਬਦਾਂ ਦੀ ਕਿੰਨੀ ਇੱਜ਼ਤ ਮੇਰੇ ਮਨ 'ਚ ਹੈ। ਅੱਜ ਵੀ ਦੁਨੀਆ 'ਚ ਇਹ ਗੱਲ ਹੈ ਕਿ ਫਲਾਨਾ ਮੈਨ ਆਫ ਵਰਡਸ, ਵੀ ਉਹ ਆਪਦੀ ਜ਼ੁਬਾਨ 'ਤੇ ਰਹਿੰਦਾ। ਬੰਦੇ ਦੀ ਜ਼ੁਬਾਨ ਹੁੰਦੀ ਹੈ, ਇਹ ਬਾਣੀ 'ਚ ਵੀ ਹੈ ਕਿ ਇੱਦਾਂ ਵਚਨ ਕਰੇ ਅਤੇ ਖਿਸਕ ਜਾਏ, ਸੋਈ ਨਰ ਖੱਚਾ। ਤਾਂ ਬੰਦੇ ਦਾ ਗੁਣ ਇਹ ਮੰਨਿਆ ਜਾਂਦਾ ਕਿ ਜਿਹੜੀ ਗੱਲ ਮੈਂ ਕਹਿ ਰਿਹਾ ਮੈਂ ਉਹਦੇ 'ਤੇ ਖੜਾਂ, ਆਪਣੀ ਗੱਲ ਦੀ ਲੱਜ ਰੱਖਣੀ। ਜਿਹੜਾ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹੀਦੀ ਹੈ ਉਹਨੂੰ ਇਸ ਉਸ 'ਚ ਗਿਣਿਆ ਜਾਂਦਾ ਕਿ ਬਾਹੇ ਜਿਨ੍ਹਾਂ ਦੀ ਪਕੜੀ ਹੈ। ਹਾਂ, ਤਾਂ ਪਹਿਲਾ ਮਸਲਾ ਸ਼ਬਦਾਂ ਦੀ ਇੱਜ਼ਤ ਦਾ ਹੈ। ਜਿਹੜਿਆਂ ਅੱਖਰਾਂ ਨਾਲ, ਜਿਹੜਿਆਂ ਬੋਲਿਆਂ ਨਾਲ ਦੁਨੀਆ ਸਿੱਖੀ ਜਾਂਦੀ ਹੈ, ਸਵਾਲ ਇਹ ਹੈ ਕਿ ਉਹ ਤਰੀਕੇ ਦਾ ਤੁਹਾਡੇ ਮਨ 'ਚ ਕਿੰਨਾ ਸਤਿਕਾਰ ਹੈ। ਹਰ ਵੇਲੇ ਜੋ ਸ਼ਬਦ ਬੋਲ ਰਹੇ ਹਾਂ, ਜੋ ਸੁਣ ਰਹੇ ਹਾਂ, ਕਿਉਂਕਿ ਜਿਹੜਾ ਸ਼ਬਦ ਹੈ ਉਹ ਸੁੱਤੇ ਪਏ ਬੰਦੇ ਦੇ ਅੰਦਰ ਵੀ ਚੱਲਦਾ ਰਹਿੰਦਾ। ਪਤਾ ਨਾ ਇਹ ਗੱਲ ਦਾ, ਮੈਂ ਬੋਲੀ ਜਾਂਦਾ, ਤੁਸੀਂ ਨਾਲ ਦੀ ਨਾਲ ਸੋਚੀ ਵੀ ਜਾਂਦੇ ਹੋ ਕਿ ਨਹੀਂ, ਮਤਲਬ ਸ਼ਬਦ ਅੰਦਰ ਚੱਲ ਰਿਹਾ। ਇੱਕ ਸਾਹ ਤੋਂ ਦੂਜਾ ਸਾਹ ਜਿਹੜਾ ਉਹ ਕੁਝ ਸੈਕਿੰਡ ਲੈਂਦਾ, ਬੰਦਾ ਇੱਕ ਮਿੰਟ 'ਚ 20-22 ਸਾਹ ਲੈਂਦਾ, ਵੱਧ ਤੋਂ ਵੱਧ 18 ਤੋਂ ਲੈ ਕੇ ਇੰਨੇ ਕੁ ਹੁੰਦੇ ਆ। ਮਤਲਬ ਤੁਸੀਂ 3 ਕੁ ਸੈਕਿੰਡਾਂ ਦੇ ਵਿੱਚ ਇੱਕ ਸਾਹ ਲੈਂਦੇ ਹੋ, ਪਰ ਮਨ ਦੇ ਵਿੱਚ ਜਿਹੜਾ ਸ਼ਬਦ ਚੱਲਦਾ ਉਹ ਕਿੰਨਾ, ਇੱਕ ਪਲ ਦੇ ਵਿੱਚ ਅਣਗਿਣਤ ਵਾਰੀ। ਜਿਹੜੇ ਡਾਕਟਰ ਨੇ, ਮਨੋਵਿਗਿਆਨ ਵਾਲੇ ਨੇ, ਕਹਿੰਦੇ ਨੇ ਕਿ ਬੱਚੇ ਦੇ ਦਿਮਾਗ ਦੇ ਅੰਦਰ ਇੱਕ ਸੈਕਿੰਡ ਦੇ ਅੰਦਰ ਕੋਈ 70,000 ਦੇ ਕਰੀਬ ਹਿਲਜੁਲ ਹੁੰਦੀ ਹੈ। ਸਾਡੇ ਥੋੜ੍ਹੀ ਜਿਹੀ ਘੱਟ ਹੁੰਦੀ ਹੋਣੀ, 35-40 ਹਜ਼ਾਰ ਤਾਂ ਹੁੰਦੀ ਹੋਣੀ। ਜਿਹੜੀ ਉਹ ਹਿਲਜੁਲ ਹੋ ਰਹੀ ਹੈ ਉਹਦੇ ਵਿੱਚ ਸ਼ਬਦ ਹੈ। ਤਾਂ ਸ਼ਬਦ ਇੰਨਾ ਸੂਖਮ ਹੈ, ਇੰਨਾ ਗੁਰੂ ਹੈ। ਗੁਰੂ ਮੈਨੇ ਕੀ ਹੁੰਦਾ, ਵੱਡਾ, ਜਿਹੜਾ ਸਭ ਤੋਂ ਵੱਡਾ, ਨਾ ਰੋਟੀਆਂ, ਨਾ ਪਾਣੀ, ਨਾ ਸਾਹ, ਪਾਵਣ ਗੁਰੂ। ਪਰ ਉਹਦੇ ਤੋਂ ਵੀ ਗਾਂਹ ਹੈ ਸ਼ਬਦ ਜੋ ਸਦਾ ਸਾਡੇ ਅੰਦਰ ਚੱਲਦਾ। ਉਹਨੂੰ ਸਿੱਖਣ ਦੇ ਮਸਲੇ 'ਚ, ਉਹਨੂੰ ਵਰਤਣ ਦੇ ਮਸਲੇ 'ਚ ਅਸੀਂ ਜੋ ਵਿਹਾਰ ਕਰਦੇ ਹਾਂ ਅਸੀਂ ਉਹੀ ਹਾਂ। ਸ਼ਬਦਾਂ ਨੂੰ ਕਿੱਦਾਂ ਬੋਲਦੇ, ਕਿੰਨੇ ਬੋਲਦੇ, ਕਿਹੜੀ ਤਰਤੀਬ 'ਚ। ਜਦੋਂ ਸਿੱਖ ਹੋਣ ਦਾ ਦਾਅਵਾ ਹੋ ਜਾਂਦਾ ਹੈ ਉਦੋਂ ਸਾਰੀ ਗੱਲ ਆਈਂ ਸਿਮਟ ਜਾਂਦੀ ਹੈ ਸ਼ਬਦ ਦੇ ਉੱਤੇ। ਇਸ ਕਰਕੇ ਸਿੱਖੀ ਬਾਰੇ, ਗੁਰਬਾਣੀ ਬਾਰੇ ਕਿੰਨਾ ਪਤਾ ਹੈ, ਇਹ ਗੱਲ ਤੁਹਾਡੀ ਜਾਣਕਾਰੀ ਲਈ ਜ਼ਰੂਰੀ ਹੈ। ਇੱਦਾਂ ਨਹੀਂ ਕਿ ਤੁਹਾਨੂੰ ਬਾਣੀ ਕਿੰਨੀ ਘੰਟ ਹੈ, ਚਲੋ ਇਹ ਸੋਹਣੀ ਗੱਲ ਹੈ, ਬਾਣੀ ਘੰਟ ਹੈ ਜਿਹੜੀ। ਤੁਸੀਂ ਨਿਤਨੇਮ ਕਿੰਨਾ ਕਰਦੇ ਹੋ, ਜਿੰਨਾ ਕਰਦੇ ਹੋ ਮੁਬਾਰਕ ਹੈ। ਅਸਲ ਗੱਲ ਕਿੱਥੇ ਆਉਂਦੀ ਹੈ,
ਜਿਹੜੀ ਅਸੀਂ ਜਿਨ੍ਹਾਂ ਦਾ ਖੰਡਨ ਕਰਦੇ ਹਾਂ ਕਿ ਲੋਕ ਪਖੰਡੀਆਂ ਦੇ ਡੇਰੇ 'ਤੇ ਜਾਂਦੇ ਨੇ, ਦੇਹ ਧਾਰੀਆਂ 'ਚ ਕੁਛ ਨਹੀਂ ਰੱਖਿਆ, ਇੰਨੀ ਗੱਲ ਤਾਂ ਸਹੀ ਹੋ ਸਕਦੀ ਹੈ ਕਿ ਦੇਹ ਧਾਰੀ ਬੰਦੇ 'ਚ ਕੁਛ ਨਹੀਂ ਰੱਖਿਆ, ਪਰ ਜਿਹੜੀ ਗੱਲ ਉਹ ਲੱਭਣ ਗਏ ਨੇ ਉਹ ਤਾਂ ਹੈ ਨਾ, ਕਿ ਮਨ ਦਾ ਟਿਕਾ ਇਹ ਲੱਭਣ ਜਾਣਾ ਕਿ ਬਾਬਾ ਜੀ ਬਾਣੀ ਪੜ੍ਹਦੇ ਮਨ ਨਹੀਂ ਟਿਕਦਾ। ਕਈ ਸਿੱਖ ਦੂਜੇ ਬਾਬਿਆਂ ਦੇ ਡੇਰੇ ਤੁਰੇ ਫਿਰਦੇ ਨੇ ਗੈਰ ਸਿੱਖਾਂ ਦੇ ਕਿ ਮਨ ਨਹੀਂ ਟਿਕਦਾ। ਭਟਕਣ ਤਾਂ ਸੱਚੀ ਹੈ, ਭਟਕਣ ਤਾਂ ਸੱਚੀ ਹੈ ਨਾ ਜੀ, ਮਸਲਾ ਕਿੱਥੇ ਪੈ ਜਾਂਦਾ? ਮਸਲਾ ਇਸ ਗੱਲ 'ਤੇ ਪੈ ਜਾਂਦਾ ਕਿ ਜਿਹੜਾ ਸਿੱਖਣ ਦਾ ਤਰੀਕਾ ਸ਼ੁਰੂ ਕਰਿਆ ਹੁੰਦਾ ਬੰਦੇ ਨੇ, ਜਦੋਂ ਉਹ ਗਲਤ ਸ਼ੁਰੂ ਹੋ ਗਿਆ, ਗਲਤ ਤਰੀਕੇ ਨਾਲ ਸਹੀ ਹੱਲ ਨਹੀਂ ਨਿਕਲਦਾ। ਜਦੋਂ ਸਵਾਲ ਹੱਲ ਕਰਨਾ ਤਾਂ ਜਿਹੜਾ ਉਹ ਸੂਤਰ ਹੈ, ਜਿਹੜਾ ਫਾਰਮੂਲਾ ਹੈ, ਉਹ ਸਹੀ ਹੋਣਾ ਜ਼ਰੂਰੀ ਹੈ। ਅਤੇ ਸਿੱਖਾਂ ਦਾ ਬਹੁਤ ਵੱਡਾ ਹਿੱਸਾ ਬਾਣੀ 'ਤੇ ਪੜ੍ਹਦਾ, ਪਰ ਇਹ ਨਹੀਂ ਕਹਿ ਸਕਦਾ ਕਿ ਰਸ ਪਾਉਂਦਾ। ਜਿਹੜਾ ਬੰਦਾ ਜਿਉਂ ਰਿਹਾ ਧਰਤੀ 'ਤੇ, ਇਹ ਨਹੀਂ ਹੋ ਸਕਦਾ ਕਿ ਉਹਨੂੰ ਰਸ ਨਹੀਂ ਆਉਂਦਾ। ਉਹਨੂੰ ਕਿਤੋਂ ਤੇ ਰਸ ਆਉਂਦਾ? ਤੁਹਾਨੂੰ ਸਾਰਿਆਂ ਨੂੰ ਕਿਤੋਂ ਨਾ ਕਿਤੋਂ ਰਸ ਆ ਰਿਹਾ, ਸ਼ਬਦ 'ਚੋਂ। ਤੁਹਾਨੂੰ ਕਿਹੜੇ ਸ਼ਬਦ 'ਚੋਂ ਰਸ ਆ ਰਿਹਾ, ਉਹ ਕਿਹੜੀ ਪੱਧਰ ਦਾ? ਗੀਤਾਂ 'ਚੋਂ ਆਉਂਦਾ ਕਿ ਕੀਰਤਨ 'ਚੋਂ ਆਉਂਦਾ? ਪਹਿਲੀ ਵੰਡ ਇਹ ਹੈ, ਜਿਹੜਾ ਸੰਗੀਤ ਹੈ ਇਹ ਸ਼ਬਦ ਦੇ ਨਾਲ ਇੰਨਾ ਬੱਝਿਆ ਹੋਇਆ ਕਿ ਜਿਹੜਾ ਕੋਈ ਮਹਾਂਪੁਰਸ਼ ਹੈ, ਜਿਹੜਾ ਕੋਈ ਬ੍ਰਹਮ ਗਿਆਨੀ ਹੈ, ਉਹੀ ਸੰਗੀਤ ਤੋਂ ਮੁਕਤ ਹੈ। ਬਾਕੀ ਸਾਰੇ ਜਿਹੜੀ ਧੁਨ ਹੈ ਨਾ, ਧੁਨ ਐਡੀ ਤਾਕਤਵਰ ਹੈ, ਇਹ ਸ਼ਬਦਾਂ ਤੋਂ ਗਾ ਜਾਂਦੀ ਹੈ, ਰੁੱਖਾਂ ਨੂੰ, ਪਸ਼ੂਆਂ ਨੂੰ, ਸੀਸਿਆਂ ਕੰਧਾਂ ਨੂੰ ਵੀ ਅਸਰ ਪਾਉਂਦੀ ਹੈ ਧੁਨ। ਅਤੇ ਧੁਨ ਦਾ ਸਭ ਤੋਂ ਸੋਹਣਾ ਰੂਪ ਸੰਗੀਤ। ਤੁਸੀਂ ਵੀ ਜਿਨ੍ਹਾਂ ਕੋਲ ਹੈਗੇ ਨੇ ਉਹ ਫੋਨ ਜੇ ਸੁਣਦੇ ਤਾਂ ਹੋਊਂਗੇ ਗੀਤ ਕਿ ਨਹੀਂ ਸੁਣਦੇ? ਹਾਂ, ਤਾਂ ਮਤਲਬ ਕਿਹੜੇ ਗੀਤ ਸੁਣਦੇ ਹੋ ਜਿਹੜੇ ਦੁਨੀਆ 'ਚ ਚੱਲਦੇ ਨੇ ਕਿ ਨਹੀਂ? ਸ਼ਬਦ ਨੇ ਸਾਨੂੰ ਕਿਸੇ ਥਾਂ ਲਿਜਾ ਕੇ ਬੰਨਿਆ, ਉੱਥੋਂ ਸਾਨੂੰ ਰਸ ਆ ਰਿਹਾ। ਪਿਛਲੇ 60 ਸਾਲਾਂ 'ਚ ਜਦੋਂ ਪੰਜਾਬ ਦਾ ਇਤਿਹਾਸ ਪੜ੍ਹੋਂਗੇ, ਇਹ ਦੇਖਿਓ ਕਿ ਰਾਜਨੀਤਿਕ ਪੱਧਰ 'ਤੇ ਪੰਜਾਬ 'ਚ ਕੀ ਹੋ ਰਿਹਾ ਸੀ, ਉਹਦੇ ਬਰਾਬਰ 'ਤੇ ਕਿਹੜੇ ਕਲਾਕਾਰ ਮਸ਼ਹੂਰ ਸੀ, ਤੁਹਾਨੂੰ ਸਮਝ ਆਓ ਕਿ ਜਿਹੜੀ ਜੰਗ ਆ, ਜਿਹੜਾ ਇਹ ਇਤਿਹਾਸ ਹੈ ਸ਼ਹੀਦਾਂ ਦਾ, ਇਹ ਖੜ੍ਹਾ ਨਹੀਂ ਗਿਆ। 1704 ਈਸਵੀ 'ਚ ਕੰਮ ਮੁੱਕ ਨਹੀਂ ਗਿਆ। ਇਹ ਈਸਵੀਆਂ, ਇਹ ਮਹੀਨੇ ਬੰਦੇ ਦੀ ਇੱਕ ਵਹਿਮ ਦੀ ਕਲਪਨਾ ਸਭ। ਸਮਾਂ ਅਵੰਡ ਹੈ। ਸਮਾਂ ਕੀ ਹੈ? ਅਵੰਡ ਹੈ। ਜੋ ਗੁਰੂ ਸਾਹਿਬ ਨੇ ਕਿਸੇ ਦਾ ਨੁਕਸਾਨ ਕੀਤਾ,
ਉਹ ਸਾਡੇ ਤੋਂ ਹਿਸਾਬ ਲੈਣਗੇ। ਜਿਵੇਂ ਵਪਾਰੀ ਬੈਂਕਾਂ ਤੁਹਾਡੇ ਦਾਦੇ ਦਾ ਕਰਜ਼ਾ ਤੁਹਾਡੇ ਤੋਂ ਲੈ ਲੈਂਦੀਆਂ ਨੇ ਕਿ ਤੂੰ ਉਹਦਾ ਵਾਰਸ ਕੱਢ। ਤਾਂ ਜਿਹੜਾ ਇਹ ਗੀਤ ਚੱਲ ਰਹੇ ਨੇ ਇਹ ਜੰਗ ਦਾ ਹਿੱਸਾ ਨੇ। ਕੀ ਨੇ ਇਹ ਜੰਗ ਦਾ ਹਿੱਸਾ ਨੇ। ਜਿਹੜਾ ਜਿਹੜਾ ਬੱਚਾ ਜਿੰਨਾ ਜਿੰਨਾ ਚਿਰ ਗੀਤ ਸੁਣ ਰਿਹਾ ਉਹਨਾਂ ਉਹਨਾਂ ਚਿਰ ਉਹ ਦੁਸ਼ਮਣ ਦੇ ਆਖੇ ਤੋਂ ਮੈਦਾਨ 'ਚੋਂ ਪਿੱਛੇ ਹਟ ਰਿਹਾ। ਮੰਨ ਲਓ ਤੁਸੀਂ ਪੰਥ ਦਾ ਹਿਰਾਵਲ ਦਸਤਾ, ਤੁਸੀਂ ਸਿਪਾਹੀ ਪੰਥ ਦੇ, ਅਤੇ ਇੱਕ ਸਿਪਾਹੀ ਨੂੰ ਕੋਈ ਰਿਸ਼ਵਤ ਦੇਵੇ ਕਿ ਤੂੰ ਕੁਝ ਚਿਰ ਮੋਰਚੇ 'ਤੇ ਨਾ ਖੜ, ਤਾਂ ਰਿਸ਼ਵਤ ਕਿਹੋ ਜਿਹੀ ਹੋਊਗੀ? ਕੋਈ ਰਸ ਦਿੰਦੀ ਹੋਏਗੀ। ਨਹੀਂ, ਸਿਪਾਹੀ ਹੋਣ ਦਾ ਰੁਤਬਾ ਕੌਣ ਛੱਡਦਾ? ਠੀਕ ਹੈ, ਖਾਲਸਾ ਹੋਵੇ ਖੁਦ ਖੁਦਾ। ਤਾਂ ਜਿਹੜਾ ਇਹ ਰੁਤਬਾ ਹੈ ਸਿੱਖ ਹੋਣ ਦਾ, ਸ਼ਬਦ ਦੇ ਗੁਰੂ ਹੋਣ ਦਾ ਰੁਤਬਾ ਹੈ, ਅਤੇ ਜਿਹੜੀ ਦੁਨੀਆ ਦੇ ਵਿੱਚ ਜੰਗ ਚੱਲਦੀ ਹੈ ਉਹਦੇ ਜਿਹੜਾ ਸ਼ਬਦ ਹੈ ਉਹ ਰਸ ਬਣ ਕੇ ਤੁਹਾਨੂੰ ਕਿੱਥੇ ਲਿਜਾਂਦਾ? ਦੁਨੀਆ 'ਚ ਜਿੰਨੀਆਂ ਵੱਡੀਆਂ ਜੰਗਾਂ ਹੋਈਆਂ ਨੇ ਉਹਦੇ 'ਚ ਇਹ ਗੱਲ ਵੇਖਣ ਵਾਲੀ ਹੈ ਕਿ ਜਿਹੜੀ ਧਿਰ ਹਾਰੀ ਉਹ ਧਿਰ ਦੀ ਕੋਈ ਫੌਜੀ ਟੁਕੜੀ ਜੰਗ ਦੇ ਵਿੱਚ ਹਾਜ਼ਰ ਨਹੀਂ ਸੀ। ਨੈਪੋਲੀਅਨ ਅੰਗਰੇਜ਼ਾਂ ਨੂੰ ਹਾਰਿਆ। ਕਿਉਂ ਹਾਰਿਆ? ਕਿਉਂਕਿ ਜਦੋਂ ਜਨਰਲ ਨੇ ਸੀ ਜਿਹੜਾ ਉਹ 10,000 ਫੌਜੀ ਲੈ ਕੇ 5 ਕਿਲੋਮੀਟਰ ਪਰੇ ਖੜ੍ਹਾ ਰਿਹਾ, ਆਇਆ ਨਹੀਂ, ਨਹੀਂ ਆਇਆ, ਜੰਗ ਪਲਟ ਗਏ। ਤਾਂ ਜਿਹੜਾ ਗੀਤ ਹੈ ਜੋ ਤੁਸੀਂ ਅੱਜ ਸੁਣ ਰਹੇ ਹੋ, ਪੰਜਾਬੀ ਦਾ ਮਨੋਰੰਜਨ ਕਰ ਰਹੇ ਹੋ, ਉਹ ਉਵੇਂ ਨਹੀਂ ਹੈ ਜਿਵੇਂ ਤੁਸੀਂ ਸਮਝ ਰਹੇ ਹੋ। ਜਿੱਥੋਂ ਮੈਂ ਆਪਣੀ ਗੱਲ ਸ਼ੁਰੂ ਕੀਤੀ ਸੀ ਕਿ ਪਤੇ ਹੋਣ ਦਾ, ਜਿਹੜਾ ਪਤਾ ਹੋਣਾ ਹੈ, ਇਹ ਸਾਰੀਆਂ ਖੇਡਾਂ ਦਾ ਹਿੱਸਾ ਹੈ ਬਹੁਤ ਵੱਡਾ, ਕਿ ਤੁਹਾਨੂੰ ਕਿੰਨਾ ਪਤਾ। ਇਹਦੀ ਪਹਿਲੀ ਮੰਜ਼ਿਲ ਇਹ ਹੈ ਕਿ ਕਿੰਨਾ ਨਹੀਂ ਪਤਾ। ਸ਼ਬਦ ਦੀ ਜਿਹੜੀ ਵਰਤੋਂ ਹੈ ਉਹ ਕਿੰਨੇ ਕਿੰਨੇ ਥਾਵਾਂ 'ਤੇ ਕਿਵੇਂ ਕਿਵੇਂ ਹੋ ਰਹੀ ਹੈ। ਦੁਨੀਆ 'ਚ ਤੁਸੀਂ ਦੇਖਦੇ ਹੋਵੋਗੇ ਕਿ ਲੋਕਾਂ ਨੂੰ ਪੀਣ ਨੂੰ ਪਾਣੀ ਨਹੀਂ ਹੈ। ਦੁਨੀਆ ਦਾ ਕੋਈ ਮੁਲਕ ਐਸਾ ਨਹੀਂ ਹੈ ਸਮੇਤ ਅਮਰੀਕਾ ਦੇ ਜਿਹੜੇ ਇਹ ਕਹਿ ਸਕਦੇ ਹੋਣ ਕਿ ਜਿੰਨੇ ਸਾਡੇ ਸ਼ਹਿਰੀ ਨੇ ਅਸੀਂ ਸਾਰਿਆਂ ਨੂੰ ਪੀਣ ਨੂੰ ਪਾਣੀ ਦਿੰਦੇ ਹਾਂ। ਦੁਨੀਆ ਦੀ ਕੋਈ ਸਰਕਾਰ ਨਹੀਂ ਕਹਿ ਸਕਦੀ ਕਿ ਸਾਰਿਆਂ ਲੋਕਾਂ ਨੂੰ ਅਸੀਂ ਰੋਟੀ ਦਿੰਦੇ ਹਾਂ ਖਾਣ ਨੂੰ। ਪਰ ਦੁਨੀਆ ਦੀ 8 ਅਰਬ ਆਬਾਦੀ 'ਚੋਂ 5 ਅਰਬ ਲੋਕਾਂ ਕੋਲ ਫੋਨ ਹੈ, ਅਤੇ 5 ਅਰਬ ਦੇ ਵਿੱਚੋਂ 3.5 ਅਰਬ ਲੋਕ ਗਾਣੇ ਸੁਣਦੇ ਨੇ, ਮਨੋਰੰਜਨ ਕਰਦੇ ਨੇ। ਮਤਲਬ ਅੱਧੋਂ ਬਹੁਤੀ ਮਨੁੱਖਤਾ ਸ਼ਬਦ ਦੀ ਬੇਅਦਬੀ ਕਰ ਰਹੀ ਹੈ, ਰੋਜ਼ ਕਰ ਰਹੀ ਹੈ। ਜੇ ਤੁਸੀਂ ਆਪਣੇ ਘਰ ਦੀ ਜਾਇਦਾਦ ਨੂੰ ਰੋਜ਼ ਖਰਾਬ ਕਰਦੇ ਹੋਵੋ, ਵੀ ਤੁਹਾਨੂੰ ਘਰਦਿਆਂ ਨੇ ਰੁਪਈਏ ਦੇ ਤੇ ਅਤੇ ਰੋਜ਼ ਉਹਨਾਂ ਨੂੰ ਪਾੜਦੇ ਹੋਵੋ, ਤਾਂ ਤੁਹਾਡੀ ਹਾਲਤ ਕਿਹੋ ਜਿਹੀ ਹੋਣੀ ਚਾਹੀਦੀ ਹੈ? ਸ਼ਬਦਾਂ ਦਾ ਜਿਹੜਾ ਮਨੋਰੰਜਨ ਵਜੋਂ ਦੁਰਵਰਤੋਂ ਹੈ ਉਹਦਾ ਅਸਰ ਕਿੰਨਾ ਪੈਂਦਾ, ਮਨੋਵਿਗਿਆਨ ਵਾਲੇ ਦੱਸਦੇ ਨੇ ਕਿ ਜੇ ਬੰਦਾ ਦੇਹ ਦੇ ਰਸ ਨਾਲ ਜੁੜੀਆਂ ਹੋਈਆਂ ਗੱਲਾਂ ਸੁਣਦਾ ਜਾਂ ਪੜ੍ਹਦਾ ਜਾਂ ਵੇਖਦਾ,
ਸਭ ਤੋਂ ਪਹਿਲਾਂ ਉਹਦੀ ਚਮੜੀ 'ਤੇ ਖੁਸ਼ਕੀ ਆਉਂਦੀ ਹੈ। ਉਹਦੀ ਚਮੜੀ 'ਤੇ ਖੁਸ਼ਕੀ ਆਉਂਦੀ ਹੈ ਕਿਉਂਕਿ ਉਹਨੂੰ ਸ਼ਬਦਾਂ ਰਾਹੀਂ ਭੋਗਿਆ ਜਾ ਰਿਹਾ। ਦੇਹ ਰੂਪ 'ਚ ਇੱਕ ਦੂਜੇ ਨੂੰ ਭੋਗਣਾ ਬਹੁਤ ਛੋਟਾ ਹਿੱਸਾ ਹੈ। ਬੰਦਾ ਸ਼ਬਦ ਵਜੋਂ ਸਭ ਤੋਂ ਵੱਧ ਆਪ ਭੋਗਿਆ ਜਾਂਦਾ, ਸਭ ਤੋਂ ਜ਼ਿਆਦਾ ਜੋ ਸ਼ਬਦ ਸਾਡੇ ਅੰਦਰ ਚੱਲਦਾ ਉਸ ਰੂਪ 'ਚ। ਉਦੋਂ ਬਾਅਦ ਜੋ ਅਸੀਂ ਸੁਣਦੇ ਹਾਂ ਲੋਕਾਂ ਤੋਂ ਕਿ ਫਲਾਣੇ ਦਾ ਇੱਦਾਂ, ਫਲਾਣੀ ਦਾ ਇੱਦਾਂ, ਪੰਜਾਬੀ ਦੇ ਅਖਬਾਰਾਂ 'ਚ ਹਰ ਹਫ਼ਤੇ ਇੱਕ ਸਫ਼ਾ ਛਪਿਆ ਹੁੰਦਾ ਫਿਲਮਾਂ ਬਾਰੇ 'ਚ। ਕਿਉਂ ਜੀ, ਸਾਡੇ ਲਈ ਇੰਨੀਆਂ ਜ਼ਰੂਰੀ ਨੇ, ਸਾਡੇ ਲਈ ਇੰਨੀਆਂ ਜ਼ਰੂਰੀ ਨੇ, ਉਹ ਕਿਉਂ ਛਪਿਆ ਹੁੰਦਾ? ਉਹ ਇੱਕ ਗੱਲ ਕਰਕੇ ਕਿ ਲੋਕ ਜ਼ਿੰਦਗੀ ਨੂੰ ਸਮਝਣ ਤੋਂ ਟੁੱਟੇ ਰਹਿਣ। ਜਿਨ੍ਹਾਂ ਦਾ ਕੋਈ ਧਰਮ ਇਤਿਹਾਸ ਹੈ ਉਹਨਾਂ ਨੂੰ ਉਹ ਚੰਗਾ ਨਾ ਲੱਗੇ, ਕਿਉਂਕਿ ਜੇ ਬੰਦੇ ਨੂੰ ਬਾਣੀ 'ਚੋਂ ਜਾਂ ਇਤਿਹਾਸ 'ਚੋਂ ਰਸ ਆਇਆ ਤਾਂ ਸਭ ਤੋਂ ਵੱਡਾ ਖਤਰਾ ਕਿਹਨੂੰ ਹੁੰਦਾ? ਸਰਕਾਰ ਨੂੰ ਹੁੰਦਾ। ਇਤਿਹਾਸ ਚੱਲ ਰਿਹਾ, ਰੁਕ ਨਹੀਂ ਗਿਆ। ਮੈਂ ਤੁਹਾਨੂੰ ਕਈ ਬੰਦਿਆਂ ਦੇ ਨਾਂ ਗਿਣਾ ਸਕਦਾ ਇੱਥੇ, ਜਿਹੜੇ ਸੱਚੀ ਮੱਚੀ ਐਸੇ ਨੇ ਕਿ ਤੁਹਾਡੀਆਂ ਅੱਖਾਂ 'ਚ ਪਾਣੀ ਆ ਜਾਏਗਾ ਵੀ ਯਾਰ ਬੰਦਿਆਂ ਦਾ ਐਡਾ ਸਿਦਕ, ਐਡੀ ਕੁਰਬਾਨੀ, ਸਾਨੂੰ ਪਤਾ ਹੀ ਹੈ ਨਹੀਂ। ਜਿਹੜੇ ਅਸਲੀ ਲੀਜੈਂਡ ਨੇ, ਯੂ ਨੈਵਰ ਨੋ, ਤੁਹਾਡੇ ਸਾਹਮਣੇ ਉਹ ਅੱਜ ਜਿਉਂਦੇ ਨੇ ਇੱਥੇ, ਇੱਕ ਅੱਧਾ ਨਹੀਂ ਕਈ ਸੌ ਨੇ, ਜਿਨ੍ਹਾਂ ਦੇ ਸਿਰਾਂ ਦੇ ਉੱਤੇ ਮੁਰੱਬਾ ਮੁਰੱਬਾ ਜ਼ਮੀਨ ਇਨਾਮ ਰੱਖਿਆ ਸਰਕਾਰ ਨੇ ਕਿ ਕੋਈ ਉਹਨਾਂ ਨੂੰ ਫੜਵਾ ਦੇਵੇ 25 ਕਿੱਲੇ ਜ਼ਮੀਨ ਮਿਲੇਗੀ। ਠੀਕ, ਇੱਥੇ ਤੁਹਾਡੇ ਸਾਹਮਣੇ ਜਿਉਂਦੇ ਨੇ। ਸਿਰਫ ਮਸਲਾ ਇਸ ਗੱਲ ਦਾ ਕਿ ਜੋ ਤੁਹਾਨੂੰ ਪਤਾ ਨਹੀਂ ਹੋਣਾ ਚਾਹੀਦਾ ਉਹ ਤੁਹਾਨੂੰ ਪਤਾ ਹੈ, ਜੋ ਤੁਹਾਨੂੰ ਪਤਾ ਹੋਣਾ ਚਾਹੀਦਾ ਉਹ ਤੁਹਾਨੂੰ ਪਤਾ ਨਹੀਂ ਹੈ। ਮੈਂ ਇੰਨੀ ਗੱਲ ਵਾਸਤੇ ਤੁਹਾਡੇ ਸਾਹਮਣੇ ਕਿ ਕਿਸੇ ਥਾਂ ਦੀ ਨੌਜਵਾਨ ਪੀੜ੍ਹੀ ਆਪਣਾ ਹਾਲਾਤ ਸਹੀ ਸਮਝ ਜਾਏ ਧਰਤੀ 'ਤੇ ਸੁਰਗ ਬਣ ਜਾਂਦਾ ਹੈ। ਕਿਸੇ ਥਾਂ ਦੀ ਨੌਜਵਾਨ ਪੀੜ੍ਹੀ ਕੁਛ ਪਲਾਂ ਵਾਸਤੇ ਵੀ ਆਪਣਾ ਹਾਲਾਤ ਸਹੀ ਸਮਝ ਜਾਵੇ ਦੁਨੀਆਂ ਦੇ ਵਿੱਚ ਪਲਟਾ ਆ ਜਾਂਦਾ ਹੈ। ਪਿੱਛੇ 84 ਤੋਂ ਬਾਅਦ ਤੁਸੀਂ ਅਖਬਾਰ ਪੜ੍ਹ ਕੇ ਦੇਖਿਓ, ਸਰਕਾਰ ਨੇ ਕਈ ਵਾਰ ਕਿਹਾ ਕਿ 35-40 ਬੰਦੇ ਹੈ, 35-40 ਬੰਦੇ ਆ ਜਿਨ੍ਹਾਂ ਨੇ ਸਾਰੀ ਇਹ ਖੇਡ ਕਮਾਈ ਹੋਈ ਹੈ। ਮਤਲਬ ਬਹੁਤ ਥੋੜ੍ਹੇ ਬੰਦਿਆਂ ਨੂੰ ਗੱਲ ਮਹਿਸੂਸ ਹੋਈ ਸੀ ਅਤੇ ਖੇਡ ਬਦਲ ਗਈ ਸਾਰੀ। ਪੜ੍ਹਨਾ ਬੁਰਾ ਨਹੀਂ ਹੈ ਇੱਦਾਂ ਕਾਗਜ਼ਾਂ ਦੇ ਰੂਪ 'ਚ, ਪਰ ਸਮਝਣ ਦੀ ਪੱਧਰ 'ਤੇ ਤੁਸੀਂ ਜਿੱਥੋਂ ਰਸ ਲੈ ਰਹੇ ਹੋ ਮੈਨੂੰ ਯਕੀਨ ਹੈ ਕਿ ਉਹ ਸਾਡੇ ਕੰਮ ਦਾ ਨਹੀਂ ਹੈਗਾ, ਉਹ ਸਾਡੇ ਕੰਮ ਦਾ ਨਹੀਂ ਹੈਗਾ। ਇਸ ਉਮਰ ਦੇ ਵਿੱਚ ਇਹੋ ਜਿਹੀ ਥਾਂ ਦੇ ਉੱਤੇ ਤੁਹਾਨੂੰ ਜੇ ਦੂਜੇ ਟੁੱਟੇ ਭੱਜੇ ਗੀਤ ਚੰਗੇ ਲੱਗਦੇ ਆ ਤਾਂ ਮੈਂ ਤੁਹਾਨੂੰ ਬਹੁਤ ਪਿਆਰ ਨਾਲ ਕਹਿਣਾ ਕਿ ਤੁਸੀਂ ਬਹੁਤ ਵੱਡੇ ਜੁਰਮ 'ਚੋਂ।
ਕਤਲ ਕਰਨ ਤੋਂ ਵੀ ਵੱਡੇ ਜੁਰਮ 'ਚ, ਕਿਉਂਕਿ ਸ਼ਬਦ ਦੀ ਬੇਅਦਬੀ ਤੋਂ ਉੱਪਰ ਮਨੁੱਖ ਕੋਈ ਬੇਅਦਬੀ ਕਰ ਹੀ ਨਹੀਂ ਸਕਦਾ। ਸ਼ਬਦ ਦੀ ਬੇਅਦਬੀ ਕਰਨ ਤੋਂ ਉੱਪਰ ਬੰਦਾ ਹੋਰ ਕੋਈ ਬੇਅਦਬੀ ਨਹੀਂ ਕਰ ਸਕਦਾ। ਬੰਦੇ ਮਾਰ ਦੇਣਾ ਛੋਟਾ ਜੁਰਮ ਹੈਗਾ, ਆਪਣਿਆਂ ਸ਼ਬਦਾਂ ਦੀ ਦੁਰਵਰਤੋਂ ਕਰਨਾ ਜਾਂ ਆਪਣੇ ਸ਼ਬਦਾਂ ਨੂੰ ਛੱਡ ਦੇਣਾ। ਦੂਜਾ ਕੰਮ ਮੇਰਾ ਇਹ ਵੀ ਹੈ ਕਿ ਤੁਸੀਂ ਜਿਹੜੇ ਸ਼ਬਦ ਬੋਲਦੇ ਹੋ ਜਾਂ ਅਸੀਂ ਸਾਰੇ ਸ਼ਬਦ ਬੋਲਦੇ ਹਾਂ ਜਿਹੜੇ ਅੱਜ ਕੱਲ੍ਹ, ਉਹ ਪੰਜਾਬੀ ਦੀ ਥਾਂ 'ਤੇ ਅੰਗਰੇਜ਼ੀ, ਹਿੰਦੀ, ਹੋਰ ਪਤਾ ਨਹੀਂ ਕੀ। ਜਿਹੜੇ ਸ਼ਬਦ ਬੰਦਾ ਬੋਲ ਰਿਹਾ ਹੈ, ਬੰਦਾ ਉਸੇ ਬੋਲੀ ਦਾ, ਉਸੇ ਧਿਰ ਦਾ ਬੰਦਾ ਹੁੰਦਾ। ਹੁਣ ਸਾਡੇ ਤਾਂ ਇਹੋ ਜਿਹੀ ਹਾਲਤ ਆ ਕਿ ਅਸੀਂ ਆਪਦੇ ਮਾਂ ਪਿਓ ਨੂੰ ਮਾਂ ਪਿਓ ਨਹੀਂ ਕਹਿੰਦੇ, ਉਹ ਵੀ ਮੰਮੀ ਪਾਪੇ ਹੋ ਗਏ ਨੇ। ਠੀਕ, ਜਿਹੜਾ ਪੜ੍ਹਾਉਣ ਵਾਲਾ ਕੁਛ ਵੀ ਨਹੀਂ ਹੈ, ਉਸਤਾਦ ਵੀ ਨਹੀਂ ਰਿਹਾ, ਉਹ ਸਰ ਜੀ ਹੋ ਗਿਆ। ਉਹ ਵੀ ਕਿੱਥੇ ਸ਼ਬਦ ਰਿਸ਼ਤਾ ਤੈਅ ਕਰਦਾ ਅਤੇ ਕਿਹੜੇ ਸ਼ਬਦ ਦਾ ਰਿਸ਼ਤਾ ਤੈਅ ਹੋ ਰਿਹਾ। ਮੈਂ ਬਹੁਤ ਥਾਵਾਂ 'ਤੇ ਜਾ ਕੇ ਕਹਿੰਦਾ ਸੀ ਗੱਲ ਕਾਲਜਾਂ 'ਚ ਕਿ ਦੋ ਭੈਣ ਭਰਾ ਤੁਰੇ ਜਾਂਦੇ ਹੋਣ, ਮੂਹਰੋਂ ਬੰਦੇ ਪੁੱਛ ਲੈਣ ਕੁੜੀ ਕੌਣ ਹੈ, ਅਤੇ ਸਾਡੇ ਮੁੰਡਿਆਂ ਤੋਂ ਐਂ ਨਹੀਂ ਕਿਹਾ ਜਾਂਦਾ ਵੀ ਭੈਣ ਹੈ, ਕੀ ਕਹਿੰਦੇ ਨੇ? ਸਿਸਟਰ ਹੈ। ਅਤੇ ਭੈਣਾਂ ਤੋਂ ਭਰਾ ਨਹੀਂ ਕਿਹਾ ਜਾਂਦਾ, ਬਰਾਦਰ ਹੈ। ਕਿਸੇ ਦਾ ਮਾਂ ਪਿਓ ਪੂਰਾ ਹੋ ਗਿਆ, ਐਂ ਨਹੀਂ ਕਹਿੰਦੇ ਚੜ੍ਹਾਈ ਕਰਕੇ ਜਾਂ ਪੂਰੇ ਹੋ ਗਏ, ਨਹੀਂ, ਉਹ ਫਾਦਰ ਸਾਹਿਬ ਐਕਸਪਾਇਰ ਹੋ ਗਏ ਸੀ। ਜ਼ਿੰਦਗੀ 'ਚ ਸਭ ਤੋਂ ਕੀਮਤੀ ਰਿਸ਼ਤੇ, ਸਭ ਤੋਂ ਕੀਮਤੀ ਹਾਲਤਾਂ ਆਪਦੇ ਸ਼ਬਦਾਂ 'ਚ ਨਹੀਂ ਹਨ ਤਾਂ ਸਾਨੂੰ ਜੋ ਪਤਾ ਹੈ ਉਹ ਕਿੰਨਾ ਕੁ ਪਤਾ ਹੈ। ਸਰਕਾਰ ਜੋ ਕਹਿੰਦੀ ਹੈ, ਅਖਬਾਰ ਉਹੀ ਛਾਪਦਾ, ਯੂਟਿਊਬ ਫੇਸਬੁੱਕ ਉਹੀ ਪਾਉਂਦੀ ਜੋ ਦਿੱਲੀ ਦੀ ਸਰਕਾਰ ਕਹਿੰਦੀ ਕਿ ਪੰਜਾਬ ਦੇ ਜਵਾਕ ਦੇਖ ਲੈਣ। ਠੀਕ, ਤੁਸੀਂ ਆਪਣੀ ਮਰਜ਼ੀ ਨਾਲ ਕੁਛ ਨਹੀਂ ਦੇਖ ਰਹੇ, ਇਸ ਵਹਿਮ 'ਚ ਬਿਲਕੁਲ ਨਹੀਂ ਰਹਿਣਾ ਹੈਗਾ। ਇਦੋਂ ਉਲਟਿਆ ਹੈ ਕਿ ਤੁਸੀਂ ਜੋ ਕਰ ਰਹੇ ਹੋ ਉਹ ਉਹਨਾਂ ਦੀ ਮਰਜ਼ੀ ਨਾਲ ਕਰ ਰਹੇ ਹੋ, ਕਿ ਤੁਸੀਂ ਕਿਹੜਾ ਗੀਤ ਸੁਣੋ ਇਹ ਅਗਲੇ ਦੀ ਮਰਜ਼ੀ ਹੈ। ਇੱਦਾਂ ਹੈ, ਤੁਸੀਂ ਸਾਰੇ ਬੰਦੇ ਇੱਕੋ ਹੀ ਗੱਲ ਲਿਖ ਕੇ ਆਪਦਾ ਫੋਨ ਕੱਢੋ, ਗੂਗਲ 'ਤੇ ਜਾ ਕੇ ਇੱਕੋ ਸ਼ਬਦ ਦੀ ਸਰਚ ਮਾਰੋ, ਇੱਥੇ ਬੈਠ ਕੇ 10 ਜਾਣੇ, ਤੁਹਾਡੇ ਸਾਹਮਣੇ ਨਤੀਜੇ ਅੱਡ ਅੱਡ ਆਉਣਗੇ। ਇੱਕੋ ਸ਼ਬਦ ਲਿਖ ਕੇ ਉਹਦੇ ਖੋਜ ਕਰਿਓ, ਦੇਖਿਓ ਕਿ ਇੱਕੋ ਥਾਂ ਬੈਠਿਆਂ ਬੰਦਿਆਂ ਦੇ ਨਤੀਜੇ ਅੱਡ ਅੱਡ ਹੋਣਗੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਤੁਹਾਨੂੰ ਕਿਹੜੇ ਸ਼ਬਦਾਂ ਨਾਲ ਬੰਨਣਾ ਚਾਹੀਦਾ। ਅਤੇ ਜਿਹੜੀ ਮੇਰੀ ਬੇਨਤੀ ਹੈ ਉਸ ਇੰਨੀ ਹੈ ਕਿ ਤੁਹਾਨੂੰ ਇੰਨਾ ਜ਼ਰੂਰ ਪਤਾ ਹੋਣਾ ਚਾਹੀਦਾ ਕਿ ਤੁਸੀਂ ਕਿਹੜਿਆਂ ਸ਼ਬਦਾਂ ਦੇ ਸੰਗ ਜਿਉਣਾ। ਇਤਿਹਾਸ ਪੜ੍ਹੋ, ਬਾਣੀ ਪੜ੍ਹੋ, ਦੁਨੀਆਂ ਦਾ ਦਰਸ਼ਨ ਪੜ੍ਹੋ, ਰਾਜਨੀਤੀ ਪੜ੍ਹੋ, ਪਰ ਉਹ ਪੜ੍ਹਨ ਤੋਂ ਪਹਿਲਾਂ ਆਪਣੇ ਆਪ ਨੂੰ ਪੜ੍ਹਨ ਲਈ ਅੱਖਰਾਂ ਨੂੰ, ਸ਼ਬਦਾਂ ਨੂੰ, ਛਾਇਆਂ ਨੂੰ ਸਮਝਣ ਦਾ ਇੱਕ ਬੁਨਿਆਦੀ ਤਰੀਕਾ ਉਹ ਜ਼ਰੂਰ ਯਾਦ ਰੱਖੋ। ਇੰਨੀ ਮੇਰੀ ਬੇਨਤੀ ਹੈ, ਹੋ ਸਕਦਾ ਕੋਈ ਗੱਲ ਉੱਚੀ ਨੀਵੀਂ ਹੋਵੇ, ਭੁੱਲਾਂ ਚੁੱਕਾਂ ਲਿਖੇਵਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਖੀਰ ਅੰਤ ਦਾ ਦਿਨ ਆ ਗਿਆ, ਸਾਰੇ ਪਰਿਵਾਰ ਨੂੰ ਅੰਤਮ ਦਰਸ਼ਨਾਂ ਵਾਸਤੇ ਬੁਲਾ ਲਿਆ ਗਿਆ। ਪੰਜਾਬ ਦਾ ਸ਼ੇਰ ਅਗਲੇ ਜਹਾਨ ਲਈ ਤਿਆਰ ਹੋ ਰਿਹਾ ਸੀ।
ਚਿਹਰੇ ਦਾ ਰੰਗ ਬਦਲ ਚੁੱਕਾ ਸੀ। ਸਾਹ ਉਖੜਨਾ ਸ਼ੁਰੂ ਹੋ ਗਿਆ ਸੀ। ਅੰਤ ਇੱਕ ਲੰਮਾ ਸਾਰਾ ਹਟਕੋਰਾ ਆ ਕੇ ਜੋਤ ਬੁੱਝ ਗਈ। 58 ਸਾਲ 7 ਮਹੀਨੇ ਤੇ 26 ਦਿਨ ਦੀ ਉਮਰ ਗੁਜ਼ਾਰ ਕੇ ਮਹਾਰਾਜਾ ਰਣਜੀਤ ਸਿੰਘ ਕੂਚ ਕਰ ਗਿਆ। ਹਾੜ ਦੀ 15 1896 ਬਿਕਰਮੀ ਤੇ ਜੂਨ ਦੀ 27 1839 ਈਸਵੀ ਤਾਰੀਖ ਸੀ। ਉਸ ਦਿਨ ਵੀਰਵਾਰ ਤੇ ਪੂਰਨਮਾਸ਼ੀ ਦਾ ਦਿਹਾੜਾ ਸੀ। ਹਾਂ, ਪੂਰਨਮਾਸ਼ੀ, ਜਦ ਲੋਕਾਂ ਦੀਆਂ ਰਾਤਾਂ ਵੀ ਚਾਨਣੀਆਂ ਹੁੰਦੀਆਂ ਹਨ, ਪਰ ਪੰਜਾਬੀਆਂ ਦੇ ਭਾਅ ਦਾ ਦਿਨ ਦੀਵੀਂ ਹਨੇਰ ਪੈ ਗਿਆ। ਸਾਰਾ ਪਰਿਵਾਰ ਤਾਂ ਹੀ ਮਾਰ ਕੇ ਰੋਣ ਪਿੱਟਣ ਲੱਗ ਪਿਆ। ਜੰਗਲ ਦੀ ਅੱਗ ਵਾਂਗ ਖਬਰ ਸਾਰੇ ਸ਼ਹਿਰ ਵਿੱਚ ਫੈਲ ਗਈ। ਖੁਸ਼ੀ ਵਸਦੇ ਲਾਹੌਰ ਵਿੱਚ ਹਾਹਾਕਾਰ ਮੱਚ ਗਈ। ਸੋਗੀ ਵਾਤਾਵਰਨ ਵਿੱਚ ਦਰਦ ਵਾਲੇ ਲੋਕਾਂ ਦਾ ਦਮ ਘੁੱਟਿਆ ਜਾਣ ਲੱਗਾ। ਸ਼ੇਰੇ ਪੰਜਾਬ ਦੀ ਮੌਤ ਨਾਲ ਕੁਝ ਰਾਣੀਆਂ ਹੀ ਨਹੀਂ, ਸਾਰਾ ਪੰਜਾਬ ਰੰਡਾ ਹੋ ਗਿਆ। ਸਿੱਖਾਂ ਦਾ ਸੂਰਜ ਸਿਖਰ ਦੁਪਹਿਰੇ ਛਿਪ ਗਿਆ। ਕਿਸਮਤ ਨੇ ਪੰਜਾਬੀਆਂ ਵੱਲੋਂ ਮੂੰਹ ਫੇਰ ਲਿਆ। 5 ਦਰਿਆਵਾਂ ਦੀ ਧਰਤੀ ਦਾ ਬੱਚਾ ਬੱਚਾ ਰੋ ਰਿਹਾ ਸੀ ਤੇ ਵਿਰੋਧੀ ਖੁਸ਼ੀ ਮਨਾ ਰਹੇ ਸਨ। ਉਹਨਾਂ ਘਰੀ ਉਸ ਰਾਤ ਘਿਓ ਦੀਆਂ ਜੋਤਾਂ ਜੱਗੀਆਂ।